ਕਿੰਨਾ ਟਾਈਮ ਹੋ ਗਿਆ ਤੁਸੀਂ ਬਿਸਤਰੇ ਚੋਂ ਨਹੀਂ ਉੱਠੇ, ਤੁਹਾਨੂੰ ਨਹੀਂ ਪਤਾ ਵੀ ਅੱਜ ਲੋਹੜੀ ਹੈ, ਕੋਈ ਲੋਹੜੀ ਦਾ ਸਮਾਨ ਤੇ ਲਿਆ ਕੇ ਦਊਗਾ ਨਾ? ਉਹ ਬਾਹਰ ਠੰਡ ਬੜੀ, ਜੀ ਨਹੀਂ ਕਰਨ ਡਿਆ ਬਿਸਤਰੇ ਚੋਂ ਨਿਕਲਣ ਨੂੰ। ਨਹੀਂ ਤੇ ਠੰਡ ਵਾ, ਤੁਹਾਨੂੰ ਕੰਮ ਹੀ ਨਹੀਂ ਕਰਨੇ ਹੈਗੇ, ਕੰਮ ਤੇ ਕਰਨੇ ਹੀ ਪੈਣੇ ਨਾ। ਉਹ ਲਿਆ ਦਿਨੇ ਸਮਾਨ, ਕੀ ਕਰਨੇ ਸਮਾਨ ਮੰਗਾ ਕੇ ਇੰਨਾ? ਹਾਏ ਹਾਏ, ਸੁੱਖ ਨਾਲ ਭੁੱਗਾ ਭਾਗਾ ਲਾਵਾਂਗੇ, ਸਾਰੇ ਜੀ ਬਵਾਂਗੇ, ਰੌਣਕੇ ਰੌਣਕੇ ਖੁਸ਼ੀਆਂ ਮਨਾਵਾਂਗੇ ਘਰ ਦੀਆਂ। ਕਿਤੇ ਭੁੱਗਾ ਇਹ ਬਾਲਾਂਗੇ, ਉਹ ਭੁੱਗਾ ਤਾਂ ਤਾਂ ਹੀ ਬਾਲਣ ਦਾ ਫਾਇਦਾ ਹੁੰਦਾ ਵਾ, ਜੇ ਘਰ ਦੇ ਸਾਰੇ ਜੀ ਇਕੱਠੇ ਬਹਿ ਕੇ ਗੱਪ ਸ਼ੱਪ ਮਾਰਨ, ਖਾਣ ਪੀਣ। ਇੱਥੇ ਤਾਂ ਲੜਾਈਆਂ ਪਈਆਂ ਰਹਿੰਦੀਆਂ ਰੋਜ਼ ਦਿਹਾੜੀ, ਘਰ ਚ ਪਹਿਲਾਂ ਅੱਗ ਬਲਦੀ ਰਹਿੰਦੀ, ਭੁੱਗਾ ਬਾਲਣ ਦਾ ਕੀ ਫਾਇਦਾ ਵਾ? ਹਾਏ ਹਾਏ ਸੁੱਖੀ ਸਾਡੀ, ਏਦਾਂ ਨਾ ਕਹੋ, ਕਿਉਂ ਨਾ ਬਹਿਣਗੇ, ਵੇਖਿਓ ਸਾਰੇ ਜੀਆਂ ਨੇ ਬਹਿਣਾ। ਜੇ ਤੇ ਸਾਰੇ ਬਹਿਣ ਫਿਰ ਤੇ ਆ ਮਜ਼ਾ ਹੋਣਾ ਵੀ ਚਾਹੀਦਾ, ਏਦਾਂ ਵੀ ਚਲੋ ਦਿਨ ਦਿਹਾੜ ਸਾਰਿਆਂ ਨੂੰ ਇਕੱਠਿਆਂ ਨੂੰ ਬਹਿਣਾ ਚਾਹੀਦਾ ਵਾ। ਹੈਂ, ਤੇ ਜੇ ਹੁਣ ਇੱਕ ਜਣਾ ਉਧਰ ਨੂੰ ਮੂੰਹ ਕਰਕੇ ਬਹਿ ਗਿਆ, ਦੂਜਾ ਉਧਰ ਨੂੰ ਬਹਿ ਗਿਆ, ਕੋਈ ਕਿਸੇ ਨਾਲ ਬੋਲੇ ਨਾ, ਫਿਰ ਕਾਹਦਾ ਦਿਨ ਦਿਹਾੜ ਤੇ ਕਾਹਦਾ ਭੁੱਗਾ? ਚਲੋ ਕੋਈ ਨੀ, ਮੈਂ ਨਿਆਣਿਆਂ ਨਾਲ ਕਰ ਲਾਂਗੀ ਗੱਲ, ਏਦਾਂ ਨੀ ਕਰਦਾ ਕੋਈ ਵੀ, ਜ਼ਰੂਰ ਬਵਾਂਗੇ ਨਾ ਤੇ ਸਾਰੇ ਬਹਿ ਜਾਣਗੇ। ਕੋਈ ਗੱਲ ਨੀ, ਮੈਂ ਸਮਾਨ ਤੈਨੂੰ ਲਿਆ ਦੂੰਗਾ, ਬਾਕੀ ਤੂੰ ਵੇਖ ਲਈ ਜਿੱਦਾਂ ਹੁੰਦਾ ਵਾ। ਤੁਸੀਂ ਮੈਨੂੰ ਸਮਾਨ ਲਿਆ ਕੇ ਦਿਓ, ਕੋਈ ਗੱਲ ਨੀ, ਕੋਈ ਨੀ ਸਮਾਨ ਆਜੂਗਾ, ਸਮਾਨ ਦੇ ਨਾ ਤੂੰ ਚਿੰਤਾ ਕਰ, ਵਾਵਾ ਨਿਕਲ ਲੱਗਾ ਜੇ ਰਕਮ ਨੂੰ ਬਹਿ ਲੈਣੇ ਘੜੀ, ਫਿਰ ਮੈਂ ਜਾ ਕੇ ਲਿਆਊਂਗਾ। ਇਹ ਲਾ ਪਹਿਲਾਂ ਮੁੰਡੇ ਵਿਆਹ ਦਾ ਕਿੰਨਾ ਚਾਅ ਹੁੰਦਾ ਵਾ, ਹਨਾ? ਜਦੋਂ ਮੁੰਡੇ ਵਿਆਹੇ ਜਾਂਦੇ ਆ ਮੁੜ ਕੇ, ਫਿਰ ਘਰ 'ਚ ਲੜਾਈਆਂ, ਫਿਰ ਉਹੋ ਜੀ ਮਾੜੇ ਲੱਗਣ ਡਿਆ ਪੈਂਦੇ ਆ, ਕਿਤੇ ਸਾਡਾ ਕਸੂਰ ਹੋ ਗਿਆ, ਕਿਤੇ ਅਗਲੇ ਦਾ ਹੋ ਗਿਆ, ਬਸ ਲੜਾਈਆਂ ਸ਼ੁਰੂ। ਲੜਾਈਆਂ ਵੀ ਉਦੋਂ ਹੀ ਸ਼ੁਰੂ ਹੁੰਦੀਆਂ ਜੇ ਤਾਂ ਪੇਕੇ ਵਧੀਆ ਵਰਤਦੇ ਆ ਨਾ, ਤਾਂ ਕਦੀ ਲੜਾਈਆਂ ਨਹੀਂ ਹੁੰਦੀਆਂ ਹੈਗੀਆਂ, ਇਹ ਕਸੂਰ ਪੇਕਿਆਂ ਦਾ ਵੀ ਹੁੰਦਾ। ਹੁਣ ਸਾਰੇ ਪੇਕੇ ਵੀ ਨਹੀਂ ਨਾ ਇੱਕੋ ਜਿਹੇ ਹੁੰਦੇ, ਕਈ ਮਾਂ ਪਿਓ ਤਾਂ ਚੰਗੇ ਹੁੰਦੇ ਆ, ਉਹ ਕੁੜੀਆਂ ਨੂੰ ਕਹਿੰਦੇ ਆ ਪੁੱਤ ਜਾ ਕੇ ਆਪਣੇ ਮਾਂ ਪਿਓ ਵਾਲਾ ਹਿਸਾਬ ਰੱਖਿਓ, ਆਪਣੇ ਮਾਂ ਪਿਓ ਸਮਝਿਓ, ਸੱਸਾਂ ਸਹੁਰਿਆਂ ਨਾਲ ਸਮਝਿਓ, ਮਾਂ ਪਿਓ ਸਮਝਿਓ। ਨਹੀਂ ਹੁਣ ਇਹ ਆਪਣੀ ਧੀ ਵਿਆਹੀ ਆ, ਕੀ ਗੱਲ ਉਹਨੂੰ ਸੋਹਣੀ ਮੱਤ ਦੇਈ ਦੀ ਆ, ਪੁੱਤ ਆਪਣੇ ਸੱਸ ਸਹੁਰੇ ਦੀ ਸੇਵਾ ਕਰਨੀ ਆ, ਦੇਰਾਂ ਜੇਠਾਂ ਤੇ ਰਲ ਮਿਲ ਕੇ ਬਹਿਣਾ, ਇਹ ਥੋੜਾ ਵੀ ਨੌਵਾਂ ਧੀਆਂ ਆਉਂ ਤੇ ਕੋਈ ਕੰਮ ਕਹੋ ਤਾਂ ਵੀ ਨਾ ਕਰਨ। ਕਰੇ ਕੀ ਬੰਦਾ ਹੋਣਾ, ਕਹੇ ਕਿਸੇ ਨੂੰ ਕੀ, ਇਹ ਤਾਂ ਹੁਣ ਆਪੋ ਆਪਣੀ ਸਮਝ ਆ ਨਾ, ਬਾਕੀ ਜਿੱਦਾਂ ਦੇ ਪਰਿਵਾਰ 'ਚ ਕੋਈ ਆਇਆ ਹੋਏ ਉਹਦੇ ਲੱਛਣ ਉੱਦਾਂ ਦੇ ਹੁੰਦੇ ਆ। ਮਾਂ ਪਿਓ ਦੇ ਘਰ ਭਲਾਈ ਤਾਂ ਹੀ ਅੱਛਾ ਕਰ ਦਿੰਦਾ ਹੁੰਦਾ। ਨਵਦੀਪ, ਹਾਂਜੀ, ਟਾਈਮ ਬੜਾ ਹੋ ਗਿਆ, ਚਾਹ ਨਹੀਂ ਅੱਜ ਆਈ? ਮੈਂ ਗਈ ਹਾਂ ਅੱਗੇ ਰਸੋਈ ਵਿੱਚ ਤੇ ਮੰਮੀ ਉਦੋਂ ਦੇ ਉੱਥੇ ਕੰਮ ਕਰੇ ਨਾ। ਚੱਲ ਚਾਹ ਬਣਾ ਕੇ ਲਿਆ, ਚਾਹ, ਠੰਡ ਬੜੀ ਲੱਗਣ ਡਈ। ਚਲੋ ਮੈਂ ਜਾਂਦੀ ਹਾਂ ਜੇ ਨਾ ਹੋਣਗੇ ਇਸ ਵਿੱਚ। ਤੂੰ ਕੁਝ ਸੋਚਿਆ ਕਰ, ਮੰਮੀ ਨਾਲ ਤਾਂ ਮੈਂ ਕਰਨਾ ਵਾ ਜਾ ਕੇ ਗੱਲ, ਪਰ ਤੂੰ ਵੀ ਇਹ ਗੱਲ ਸੋਚਿਆ ਕਰ। ਜਾਓ ਕਰੋ ਜਾ ਕੇ ਗੱਲ। ਤੇਰਾ ਨਾ ਸਾਰਾ ਦਿਨ ਲੜਾਈ ਵੱਲ ਧਿਆਨ ਰਹਿੰਦਾ ਵਾ, ਤੂੰ ਇਹ ਵੀ ਵੇਖਣਾ ਅੱਜ ਦਿਨ ਕਿਹੜਾ, ਵਰੇ ਵਰੇ ਦਾ ਦਿਨ ਆ, ਲੋਹੜੀ ਵਾਲਾ ਦਿਨ, ਅੱਜ ਨਹੀਂ ਤੈਨੂੰ ਇੱਦਾਂ ਕਰਨਾ ਚਾਹੀਦਾ। ਮੰਮੀ ਮੇਰੀ ਗੱਲ ਸੁਣਿਆ ਹੁਣ? ਹਾਂ ਦੱਸ ਪੁੱਤ। ਮੰਮੀ ਮੈਂ ਗੱਲ ਇਹ ਕਰਨੀ ਆ, ਨਵਦੀਪ ਆਈ ਸੀ ਦੋ ਵਾਰੀ ਚਾਹ ਬਣਾਉਣ, ਤੇ ਆਖਣੀ ਅੱਗੇ ਤੁਸੀਂ ਕੰਮ ਕਰਨ ਦੇ ਤੇ ਤੁਸੀਂ ਥੋੜਾ ਉਹਨੂੰ ਟਾਈਮ ਦੇ ਦਿਆ ਕਰੋ। ਨਹੀਂ ਮੈਂ ਉਹਨੂੰ ਟਾਈਮ ਦਵਾਂ? ਉਹਨੂੰ ਨਹੀਂ ਪਤਾ ਹੈਗਾ ਵੀ ਰਾਤ ਨੂੰ ਰੋਟੀ ਖਾ ਕੇ ਤੇ ਸਿੰਕ ਭਾਂਡਿਆਂ ਦੀ ਭਰ ਦਿੰਦੀ ਆ, ਉਹ ਕਿੰਨੇ ਮੰਨਣੇ ਹੁੰਦੇ ਆ, ਕੰਮ ਸਾਰੇ ਮੈਂ ਕਰਾਂ, ਅਜੇ ਮੈਨੂੰ ਕਹਿ ਦਿਓ ਸੋਈ 'ਚ ਟਾਈਮ ਨਾਲ ਨਿਕਲਦੀ, ਮੈਂ ਕਿੱਥੋਂ ਟਾਈਮ ਨਾਲ ਨਿਕਲਣਾ, ਇਹਨੂੰ ਪੁੱਛੀ ਕਰੀ ਭਾਂਡਿਆਂ ਨੂੰ ਹੱਥ ਲਾਇਆ ਹੀ। ਮੰਮੀ ਮੈਨੂੰ ਦੱਸੋ ਕੀ ਕਰਾਂ, ਉਹ ਹੀ ਆਪਣੀ ਜਿੱਦ ਤੇ ਅੜੀ ਗਈ, ਉਹਨੂੰ ਮੈਂ ਬਥੇਰਾ ਆਖਿਆ, ਮੈਂ ਵੀ ਏਦਾਂ ਨਹੀਂ ਕਰੀਦਾ ਕਿ ਤੂੰ ਘਰ 'ਚ ਰਹਿਣਾ ਵਾ, ਜਿੱਦ ਛੱਡ ਛੱਡ, ਪਰ ਨਾ ਮੈਂ ਆਪਣੀ ਜਿੱਦ ਤੇ ਅੜੀ ਰਹਿਣਾ ਆਉਂਦੀ ਹੈ। ਚਲੋ ਠੀਕ ਆ, ਇਹ ਅੜੀ ਰਹੇਗੀ ਤਾਂ ਵਧੀਆ ਵਾ, ਮੈਂ ਤਾਂ ਅੱਜ ਹੀ ਰਸੋਈ 'ਚ ਨਿਕਲ ਜਾਂਦੀ ਤਾਂ ਭਾਂਡੇ ਧੋ ਕੇ ਸਾਇਆ ਕਰੇ, ਮੈਨੂੰ ਕੋਈ ਲੋੜ ਨਹੀਂ ਇਹਦਾ ਮੱਥਾ ਮਾਰਦੀ ਹੈਗੀ। ਮੰਮੀ ਮੈਂ ਤਾਂ ਲੱਖੋ ਖਾਏ ਆਇਆ ਵਾਂ, ਦੱਸੋ ਮੈਂ ਵੀ ਕੀ ਕਰਾਂ ਹੁਣ। ਵੇਖੋ ਮੇਰੀ ਨੂੰਹ ਦੇ ਕੰਮ ਅੱਜ ਰਸੋਈ 'ਚੋਂ ਕੱਢਣ ਡੀ ਆ, ਕੱਲ੍ਹ ਨੂੰ ਮੈਨੂੰ ਕਹੂਗੀ ਤੂੰ ਘਰੋਂ ਹੀ ਨਿਕਲ ਜਾ। ਚਲੋ ਬਹੁਤ ਸੋਹਣਾ ਕੰਮ ਆ, ਚੱਲ ਕੋਈ ਨਹੀਂ ਪੁੱਤ, ਅੱਜ ਤਾਂ ਮੈਨੂੰ ਕੱਢਣ ਡੀ, ਕੱਲ੍ਹ ਨੂੰ ਤੇਰੀ ਮਾਂ ਦੀ ਵੀ ਵਾਰੀ ਆਏਗੀ।
ਸੁਣੀ ਕੋਈ ਗੱਲ ਨੂੰ ਤਾਂ ਨਹੀਂ ਨੇ ਮੁੰਡੇ ਨੂੰ ਕਿਹਾ ਜੀ ਕੀ ਹੋ ਗਿਆ ਵੀ ਮੰਮੀ ਟਾਈਮ ਨਾਲ ਚੌਂਕੇ ਚੋਂ ਨਿਕਲਿਆ ਕਰੇ ਤਾਂ ਮੈਂ ਫਿਰ ਸੋਈ ਚ ਆਉਣਾ ਹੁੰਦਾ ਆਹੋ ਕੰਮ ਰਹਿ ਗਿਆ ਜੇ ਮੇਰੀ ਨੂੰਹ ਨੇ ਇੰਨੀ ਗੱਲ ਕੀਤੀ ਤਾਂ ਮੇਰਾ ਪੋਤੀ ਸਿਆਣਾ ਹੁੰਦਾ ਕੀ ਆਂਦੀ ਰਸੋਈ ਚੋਂ ਨਹੀਂ ਟਾਈਮ ਨਾਲ ਨਿਕਲਦੀ ਆਹੋ ਇਹ ਟਾਈਮ ਨਾਲ ਨਹੀਂ ਨਿਕਲਦੀ ਹੈਗੀ ਮੰਮੀ ਤੇ ਮੈਂ ਕਿਹੜੇ ਵੇਲੇ ਜਾਵਾਂ ਤਾਂ ਆਪਣਾ ਕੰਮ ਕਰਾਂ ਅੱਧ ਹੋ ਗਈ ਆ ਵੇ ਬਣ ਕੀ ਡਿਆ ਮੈਨੂੰ ਕੋਈ ਸਮਝ ਨਹੀਂ ਆਉਂਦੀ ਹੈ ਘਰ ਚ ਉਦਾਂ ਦਾ ਸਾਡਾ ਮੁੰਡਾ ਵਾ ਜਿੱਦਾਂ ਕਹਿੰਦੀ ਉਦਾਂ ਹੀ ਉਹ ਕਰੀ ਜਾਂਦਾ ਨਹੀਂ ਤੇ ਮੁੰਡਾ ਨਹੀਂ ਉਹਨੂੰ ਕੋਈ ਕਹਿ ਸਕਦਾ ਮੁੰਡਾ ਇੰਨੇ ਜੋਗਾ ਹੁੰਦਾ ਤਾਂ ਇੱਥੋਂ ਤੱਕ ਗੱਲ ਹੀ ਨਾ ਪਹੁੰਚਦੀ ਜ਼ਿਆਦਾ ਭਲਾ ਮਾਨਸ ਵਾ ਨਾ ਤਾਂ ਹੀ ਤਾਂ ਉਹਨੂੰ ਜਾਇਜ਼ ਫਾਇਦਾ ਲੈਣ ਡਈ ਆ ਪਹਿਲਾਂ ਵੀ ਉਹੀ ਰਸੋਈ ਸੀ ਪਹਿਲਾਂ ਵੀ ਤਾਂ ਸਾਰੇ ਉੱਥੇ ਕੰਮ ਕਰਦੇ ਸੀ ਅਤੇ ਜੇ ਇਕੱਠੇ ਕੰਮ ਕਰ ਲਓ ਫਿਰ ਕੀ ਹੁੰਦਾ ਵਾ ਹੁਣ ਰਸੋਈ ਨਿੱਕੀ ਲੱਗਣ ਡਿਆ ਪਈ ਆ ਗੱਲ ਤਾਂ ਇਹੋ ਹੀ ਆ ਨਾ ਵੀ ਜਦੋਂ ਅੰਦਰ ਨਾ ਸਾਫ਼ ਹੋਏ ਬੰਦੇ ਦਾ ਫਿਰ ਜਿੱਦਾਂ ਮਰਜ਼ੀ ਗੱਲ ਤੋਰ ਲੇ ਮੈਂ ਤਾਂ ਉੱਦਾਂ ਨੂੰ ਜ਼ਹਿਰ ਵਿਖਾਈ ਦਿੰਦੀ ਹਾਂ ਜਿੰਨਾ ਮਰਜ਼ੀ ਕੰਮ ਕਰਨੀ ਹੈ ਪਰ ਕਦੀ ਨਹੀਂ ਕਿਹਾ ਵੀ ਮੰਮੀ ਕੰਮ ਕਰਦੀ ਮੁੜ ਕੇ ਆਖੋ ਕਿ ਮੈਨੂੰ ਘਰ ਵੱਖਰਾ ਬਣਾ ਕੇ ਦਿਓ ਉਹ ਤਾਂ ਗੱਲ ਹੋਣੀ ਹੋਣੀ ਇੱਦਾਂ ਟੱਬਰ ਥੱਲੇ ਲੱਗ ਜਾਂਦੇ ਆ ਮੁੜ ਕੇ ਖੇਰੂ ਖੇਰੂ ਹੋ ਜਾਂਦੇ ਟੱਬਰ ਖਰਚੇ ਵੱਧ ਜਾਂਦੇ ਕਰਜ਼ੇ ਚੜ੍ਹ ਜਾਂਦੇ ਬੁਰਾ ਹਾਲ ਬੰਕੇ ਦਿਹਾੜੇ ਘਰ ਤਾਂ ਇੱਕ ਨਹੀਂ ਬਣਦਾ ਤਾਂ ਦੋ ਦੋ ਕਿੱਥੋਂ ਬਣਨੇ ਜਦੋਂ ਕਿਸੇ ਦੀ ਸੁਲਾ ਸਫਾਈ ਨਾ ਹੋਵੇ ਜਦੋਂ ਮਾੜੇ ਦੇਣਾ ਉਹਨਾਂ ਨੂੰ ਇੱਦਾਂ ਹੁੰਦਾ ਕੋਈ ਨਹੀਂ ਇੱਦਾਂ ਕਰਦੇ ਆ ਮੇਰਾ ਦੋਸਤ ਹੈਗਾ ਇੱਕ ਅਨਮੋਲ ਉਹਨੂੰ ਕਰਦਾ ਫੋਨ ਉਹ ਬੰਦਾ ਗੱਲ ਤਾਂ ਬੜੀ ਕੰਮ ਦੀ ਦੱਸਦਾ ਹੁੰਦਾ ਵਾ ਉਹਨੂੰ ਪੁੱਛਣਾ ਵੀ ਕੀ ਹੋਣਾ ਚਾਹੀਦਾ ਮੈਂ ਜਦੋਂ ਵੀ ਉਹਦੀ ਸਲਾਹ ਲਈ ਹੈ ਨਾ ਕੋਈ ਚੰਗੀ ਗੱਲ ਹੀ ਦੱਸ ਕੇ ਜਾਂਦਾ ਵਾ ਚੱਲ ਕੋਈ ਨਹੀਂ ਫਿਰ ਲਾਓ ਫੋਨ ਹੀ ਉਹਨੂੰ ਜਾਂ ਮੇਰਾ ਫੋਨ ਲਿਆ ਕੇ ਦੇ ਹੈਲੋ ਅਨਮੋਲ ਕੀ ਹਾਲ ਚਾਲ ਆ ਠੀਕ ਠਾਕ ਉਹ ਇੱਦਾਂ ਕਰੀ ਜਿਹੜਾ ਘਰ ਨੂੰ ਆਈ ਕੰਮ ਸੀ ਥੋੜ੍ਹਾ ਜਿਹਾ ਚੱਲ ਆ ਜਾ ਬਹਿ ਜਾ ਅਨਮੋਲ ਸਿੰਘ ਬੜਾ ਟੋਰ ਕੱਢਿਆ ਅੱਜ ਤੇ ਹੈ ਤੈਨੂੰ ਪਤਾ ਅੱਜ ਫਿਰ ਲੋਹੜੀ ਆ ਹਾਂ ਲੋਹੜੀ ਤੇ ਹੈ ਚਲੋ ਵਧੀਆ ਗੱਲ ਹੈ ਭਰਾਵਾ ਤੂੰ ਲੋਹੜੀ ਕਰਕੇ ਟੋਰ ਕੱਢਿਆ ਵਾ ਕੀ ਗੱਲ ਸਰਪੰਚ ਸਾਹਿਬ ਤੁਸੀਂ ਅਚਾਨਕ ਹੀ ਸੱਦ ਲਿਆ ਉਹ ਸੱਦਣਾ ਕੀ ਸੀ ਯਾਰ ਸਾਡੀ ਤੇ ਭਰਾਵਾ ਲੋਹੜੀ ਵੀ ਖਰਾਬ ਹੋ ਚੱਲੀ ਆ ਸਾਡੇ ਘਰ ਚੋਂ ਲੜਾਈ ਨਹੀਂ ਮੁੱਕਣ ਡਈ ਮੈਂ ਤਾਂ ਬੜਾ ਦੁਖੀ ਹਾਂ ਯਾਰ ਮੈਂ ਕੀ ਕਰਾਂ ਜੇ ਨਹੀਂ ਗੱਲ ਬਣਦੀ ਨਾ ਕੋਈ ਮੇਰੇ ਕੋਲ ਹੈਗੀ ਹੈ ਇੱਕ ਸਕੀਮ ਅੱਛਾ ਪੈਲੀ ਚ ਵੇਖ ਕੇ ਉਹ ਮੀਂਹ ਬੜਾ ਪਿਆ ਵਾ ਕਿਤੇ ਉਹ ਨੀਵੀਂ ਪੈਲੀ ਚ ਪਾਣੀ ਤਾਂ ਨਹੀਂ ਖਲੋਤਾ ਕਣਕਾਂ ਯਾਰ ਮੈਂ ਉਹਦੇ ਨਾਲ ਕੀ ਜਾਣਾ ਵਾ ਉਹ ਤੇ ਵਾਲਾਂ ਨੂੰ ਪੈਂਦਾ ਵਾ ਉੱਡ ਕੇ ਤੂੰ ਚੱਲ ਉਹਨੂੰ ਵੀ ਮੈਂ ਘੱਲਦਾ ਵਾ ਚੱਲ ਮੈਂ ਜਾਣਾ ਵੇਖ ਲਓ ਤੁਸੀਂ ਜੇ ਆਉਂਦਾ ਕੱਲ ਉਹਨੂੰ ਮੈਂ ਘੱਲਦਾ ਉਹਨੂੰ ਵੀ ਵੇਖੀ ਆਉਂਦਾ ਕਿ ਨਹੀਂ ਪਾਉਂਦਾ ਭਲਾ ਇੱਥੇ ਵਿਹਲਾ ਬੈਠਾ ਵਾ ਕਿਤੇ ਆਪਣੀ ਫਸਲ ਫੁਸਲ ਵੱਲ ਵੀ ਝਾਤੀ ਮਾਰ ਲਿਆ ਕਰੋ ਵੇਖ ਲਿਆ ਕਰੋ ਜਾ ਕੇ ਕੋਈ ਨੀ ਡੈਡੀ ਵੇਖ ਹੁੰਦੇ ਆ ਉਹਨੂੰ ਵੀ ਮੈਂ ਘੱਲੇ ਆਈ ਜੋ ਜੋਬਨ ਨੂੰ ਤੇ ਜਾ ਤੁਸੀਂ ਉਧਰ ਵੇਖ ਕੇ ਆਵੋ ਤੇਰੇ ਕਣਕ 'ਚ ਪਾਣੀ ਪੂਣੀ ਤਾਂ ਨਹੀਂ ਖਲੋਤਾ ਕਣਕ ਮਰ ਜਾਣੀ ਉਹ ਸਾਰੀ ਡੈਡੀ ਜੀ ਉਹ ਗਿਆ ਤਾਂ ਉਹਨੇ ਵੇਖ ਹੀ ਆਉਣਾ ਮੇਰੇ ਕਿਆ ਬਹੁਤੀ ਗੱਲ ਹੋਈ ਨਹੀਂ ਤੂੰ ਚੱਲ ਜਾ ਤੂੰ ਸਿਆਣਾ ਵਾ ਚਲੋ ਜਾਣਾ ਫਿਰ ਜਾ ਵੇਖ ਕੇ ਆ ਪਾਣੀ ਤੇ ਵੱਟਾਂ 'ਚ ਵਾਵਾ ਖਲੋਤਾ ਵਾ ਕੱਢਣਾ ਪੈਣਾ ਵਾ ਵਾਹ ਕਿੱਧਰ ਆ ਗਿਆ ਯਾਰ ਹਾਂਜੀ ਕੀ ਵੇਖਣ ਡਿਆ ਉਹ ਵੇਖਣਾ ਕਿ ਪਾਣੀ ਜਿਹਾ ਮੈਂ ਬੜਾ ਪੈਲੀ 'ਚ ਖਲੋਤਾ ਵਾ ਤੇ ਕਿੱਦਾਂ ਕੱਢਣਾ ਕਿੱਦਾਂ ਹੁਣ ਕੱਢਣਾ ਕਿੱਦਾਂ ਖਾਲ ਆਵੇ ਜਾਣ ਡਿਆ ਵਾ ਉਹ ਉੱਥੋਂ ਇੱਧਰ ਨੂੰ ਛੇੜ ਕੇ ਨਾ ਤੇ ਕਮਾਦ ਨੂੰ ਕੱਢਦੀ ਆ ਪਾਣੀ ਸਾਰਾ ਪਾਣੀ ਬੜਾ ਖਲੋਤਾ ਆਹੋ ਕੱਢਣਾ ਹੀ ਪੈਣਾ ਵਾ ਤੇ ਕਈ ਕੋਈ ਲਿਆਂਦੀ ਨਹੀਂ ਕੋਈ ਨਾਲ ਕਈ ਇੱਥੇ ਹੋਣੀ ਆ ਅੰਦਰ ਇੱਥੋਂ ਕੱਢ ਲੈਂਦੇ ਆ ਚਾਹ ਵੇਖ ਲੈਂਦੇ ਆ ਕੀ ਕਰਨ ਦੇ ਦੋਵੇਂ ਜਣੇ ਕਹਿੰਦਾ ਕੀ ਆ ਉਹ ਪਾਣੀ ਬੜਾ ਰੁਕਿਆ ਵਾ ਪੈਲੀ 'ਚ ਤੇ ਮੈਂ ਕਿਹਾ ਚੱਲ ਇਹ ਕੱਢ ਲਈਏ ਪਹਿਲਾਂ ਚਲੋ ਕੱਢ ਲਓ ਪਾਣੀ ਪੈਲੀ ਕਿਹੜਾ ਤੁਹਾਡੇ ਕੋਲ ਰਹਿਣੀ ਕਿਉਂ ਕੀ ਗੱਲ ਯਾਰ ਸਾਡੀ ਪੈਲੀ ਸਾਡੇ ਕੋਲ ਹੀ ਰਹਿਣੀ ਕਿੱਥੇ ਜਾਣੀ ਹੋਰ ਮਨਵੀਰ ਸਿੰਘ ਕਹਿ ਰਿਹਾ ਸੀ ਮੈਂ ਕਿਸੇ ਨੂੰ ਦੇ ਦੇਣੀ ਪੈਲੀ ਇਦਾਂ ਹੀ ਇਦਾਂ ਕਿੱਦਾਂ ਪੈਲੀ ਦੇ ਦੇਣੀ ਕਹਿੰਦਾ ਮੇਰੇ ਤੇ ਲਾਇਕ ਨਹੀਂ ਹੈਗੇ ਮੁੰਡੇ ਪੈਲੀ ਸੰਭਣ ਦੇ ਮੇਰੇ ਸੁਣ 'ਚ ਗੱਲ ਆਈ ਆ ਮਨਵੀਰ ਸਿੰਘ ਕਹਿੰਦਾ ਮੈਂ ਇਦਾਂ ਹੀ ਕਿਸੇ ਨੂੰ ਪਹਿਲੀ ਦੇ ਦੇਣੀ ਆ ਇਦਾਂ ਹੀ ਦੇ ਦੇਣੀ ਹੈ ਕਹਿੰਦਾ ਮੇਰੇ ਮੁੰਡੇ ਦੀ ਲੜਾਈ ਹੁੰਦੀ ਹੈ ਪਹਿਲੀ ਖਣੋ ਕਹਿੰਦਾ ਮੈਂ ਇਦਾਂ ਹੀ ਦੇ ਦੇਣੀ ਕਿਸੇ ਨੂੰ ਕਹਿੰਦਾ ਇੱਕ ਮਰਲਾ ਨਹੀਂ ਰਹਿਣ ਦੇਣੀ ਇਹਨਾਂ ਵਾਸਤੇ ਚਲੋ ਕਰ ਲਓ ਕੰਮ ਸੇਵਾ ਹੀ ਆ ਉਹ ਯਾਰ ਕਿਹੜੀ ਯਾਰ ਗੱਲ ਹੋਈ ਨਵੀਂ ਸੁਣ ਚ ਆ ਗਈ ਜੇ ਮੰਨ ਲਾ ਨਹੀਂ ਇਹ ਗੱਲ ਦਾ ਮੇਰੀ ਗੱਲ ਸੁਣਾ ਬਾਪੂ ਸਾਡਾ ਹੈ ਵੀ ਇਦਾਂ ਦਾ ਜਿੱਦੀ ਜਿਹਾ ਹੀ ਉਹ ਜਿੱਦਾਂ ਉਹਨੇ ਸਰਪੰਚੀ ਖੁਣੋਂ ਰਫੜ ਪਾਇਆ ਸੀ ਨਾ ਜਿੱਦਾਂ ਦੀ ਇਹ ਗੱਲ ਦੱਸ ਕੇ ਗਿਆ ਵਾ ਹੋ ਸਕਦਾ ਪੈਲੀ ਇਦਾਂ ਹੀ ਕਿਸੇ ਨੂੰ ਦੇ ਦੇ ਗੱਲ ਤੇਰੀ ਸਹੀ ਜੋ ਆਪਣਾ ਮੇਰੀ ਗੱਲ ਸੁਣ ਆਪਾਂ ਘਰੋਂ ਕਪੱਤ ਮੰਗਾਈਏ ਕਿਸੇ ਤਰੀਕੇ ਨਾਲ
ਅੱਜ ਚੱਲ ਲੋਹੜੀ ਦਾ ਦੇਣਾ ਤਾਂ ਸਵੇਰੇ ਚੱਲੀਏ ਤਾਂ ਪਿੰਡ 'ਚ ਇੱਦਾਂ ਫੇਰਾ ਮਾਰੀਏ ਇੱਕ ਆਹੋ ਹੈਨਾ ਲੱਗੂਗਾ ਨਾਲੇ ਪਿੰਡ ਵਾਲਿਆਂ ਨੂੰ ਪਤਾ ਨਾਲੇ ਬਾਪੂ ਖੁਸ਼ ਹੋ ਜਾਏਗਾ ਚੱਲ ਆ ਹੁਣ ਘਰ ਚੱਲਦੇ ਪਹਿਲਾਂ ਅੱਛਾ ਕਿੱਦਾਂ ਤਰਲੇ ਮਾਰਦੇ ਇੱਧਰ ਆਓ ਗੱਲ ਸੁਣੋ ਮੇਰੀ ਉਰੇ ਆਓ ਬੜੀ ਸੁਲਾਨ ਅੱਜ ਤੇ ਗੱਪਾਂ ਛੱਪਾਂ ਵੱਜਣ ਡੀਆਂ ਹੈ ਤੇ ਗੱਪਾਂ ਮਾਰਨੇ ਨਹੀਂ ਭਰਾਵਾਂ ਨੇ ਗੱਪਾਂ ਮਾਰਨੀਆਂ ਤਾਂ ਹੋਰ ਕਿਹਨੇ ਮਾਰਦੀਆਂ ਚੱਲ ਪੁੱਤ ਵਧੀਆ ਗੱਲ ਵਾ ਵੇਖ ਆਇਓ ਕਣਕ ਆਹੋ ਨਹੀਂ ਪਾਣੀ ਪੂਣੀ ਕੱਢਾਂ ਆ ਪਤਾ ਸਾਰਾ ਠੀਕ ਆ ਆਹੋ ਨਹੀਂ ਹੁਣ ਠੀਕ ਵਾ ਕੋਈ ਗੱਲ ਨਹੀਂ ਆਪਾਂ ਫੇਰ ਜਾ ਕੇ ਘੜੀ ਨੂੰ ਨਾ ਸਲਾਹ ਮੰਮੀ ਕੀ ਕਰਨੀ ਆ ਸਮਾਨ ਸਮੂਨ ਇਕੱਠਾ ਕਰੋ ਤੇ ਆਪਾਂ ਸ਼ਮਾਨ ਭੁਗਾ ਲਾਉਣੇ ਆ ਪਿੰਦਰ ਵੱਲ ਗਈ ਹਾਂ ਤੇ ਪਿੰਦਰ ਕਹਿਣ ਡਿਆ ਮਨਾਉਂਦੇ ਆ ਲੋਹੜੀ ਬੜਾ ਖੁਸ਼ ਹੀ ਸਗੋਂ ਆਂਦਾ ਜੋਬਨ ਨੂੰ ਵੀ ਕਹਿੰਦੇ ਆ ਦੋਵੇਂ ਭਰਾ ਨਾਲ ਮਿਲ ਕੇ ਮਨਾਉਂਦੇ ਆ ਕੇ ਲੋਹੜੀ ਮਨਾ ਲਾ ਚੱਲ ਕੋਈ ਨੀ ਤੂੰ ਸਮਾਨ ਲਿਆਓ ਮਾਂ ਭੈਣ ਨੇ ਸਾਰੇ ਦਿਨ ਵਧੀਆ ਵਧੀਆ ਨਿਗਾਉਣੇ ਲਿਆ ਦੇਣਾ ਲਿਆ ਦੇਣਾ ਮੇਰੀ ਸੁਣ ਗੱਲ ਹਾਰ ਜਿਹੜੀ ਤੂੰ ਜਿੱਦ ਜੀ ਫੜੀ ਆ ਇਹ ਛੱਡ ਦੇ ਇਹ ਤੁਹਾਡਾ ਬਹੁਤ ਨੁਕਸਾਨ ਹੋਣਾ ਵਾ ਆਹ ਲੋਹੜੀ ਲੰਘ ਲਾ ਤੇ ਤੈਨੂੰ ਮੈਂ ਇੱਕ ਗੱਲ ਦੱਸਾਂਗਾ ਜਿਹਦੇ ਕਰਕੇ ਆਪਾਂ ਇਕੱਠੇ ਹੋਣਾ ਪੈਣਾ ਸਾਨੂੰ ਕਿਹੜੀ ਗੱਲ ਆ ਹੁਣੇ ਦੱਸ ਦੋ ਮੈਨੂੰ ਹੁਣ ਨਹੀਂ ਦੱਸਾਂਗਾ ਤੈਨੂੰ ਟਾਈਮ ਆਉਣ ਤੇ ਚਲ ਠੀਕ ਬਾਕੀ ਹਾਂ ਜਿੱਦਾਂ ਮੈਂ ਕਹਾਂਗਾ ਨਾ ਉਦਾਂ ਹੁਣ ਕਰਨਾ ਵਾ ਤੇ ਤੈਨੂੰ ਮੈਂ ਗੱਲ ਦੱਸਾਂਗਾ ਟਾਈਮ ਆਉਣ ਤੇ ਠੀਕ ਪਤਾ ਨਹੀਂ ਇਹੋ ਜਿਹੀ ਕਿਹੜੀ ਗੱਲ ਜਿਹੜੀ ਇਹਨਾਂ ਨੂੰ ਟਾਈਮ ਆਉਣ ਤੇ ਦੱਸਣੀ ਆ ਕੋਈ ਨਹੀਂ ਗੱਲ ਤੇ ਪਤਾ ਲੱਗ ਲੈਂਦਾ ਇੱਕ ਨਹੀਂ ਸਾਡਾ ਬਣਦਾ ਹਿੱਸਾ ਮਿਲ ਲੈਣ ਦਿਓ ਸਾਨੂੰ ਫਿਰ ਦੱਸਾਂਗੀ ਮੈਂ ਤੁਹਾਨੂੰ ਗੱਲ ਤੇ ਇਹੋ ਨਾ ਜਦੋਂ ਅੰਦਰ ਨਾ ਸਾਫ ਹੋਏ ਬੰਦੇ ਦਾ ਫਿਰ ਜਿੱਦ ਨੂੰ ਮਰਜ਼ੀ ਗੱਲ ਤੋਰ ਲੈ ਮੈਨੂੰ ਘਰ ਵੀ ਵੱਖਰਾ ਬਣਾ ਕੇ ਦੋ ਕਈ ਇੱਥੇ ਅੰਦਰ ਹੋਣੀ ਇੱਥੋਂ ਕੱਢ ਲੈਣੇ ਆ ਚਾਹ ਪੀ ਫਿਰ ਕੋਈ ਨੀ ਕੱਢੋ ਪਾਣੀ ਇਹ ਕਿਹੜਾ ਤੁਹਾਡੇ ਕੋਲ ਨਹੀਂ ਗਲਤ ਸੀ ਗਲਤ ਨਹੀਂ ਠੀਕ ਅੱਛਾ ਸੌਰੀ ਓਏ ਪੈੜੀ ਕਾਲੀ ਤੁਹਾਡੇ ਕੋਲ ਰਹਿਣੀ ਆ ਜੋ ਮਰਜ਼ੀ ਕਰਦੇ ਰਹੋ
ਤੂੰ ਪੈਲੀ ਕਿਉਂ ਨਹੀਂ ਸਾਡੇ ਕੋਲ ਰਹਿਣੀ ਯਾਰ ਕਰਨਾ ਕੀ ਆ ਪਾਣੀ ਬੜਾ ਰੁਕਿਆ ਪੈਲੀ ਦੇ ਵਿੱਚ ਤੇ ਮੈਂ ਕੱਢ ਲਓ ਪਾਣੀ ਪੈੜੀ ਕਿਹੜਾ ਤੜ ਨਿਕਲ ਗਿਆ ਪੁੱਤ ਪਾਣੀ ਨਿਕਲ ਗਿਆ ਕਹਿੰਦੇ ਮੇਰੇ ਤੇ ਲਾਇਕ ਨਹੀਂ ਹੈਗੇ ਮੁੰਡੇ ਪੈਲੀ ਸੰਭਣ ਦੇ ਲੈ ਕਹਿੰਦੇ ਲੜਦੇ ਰਹਿੰਦੇ 24000 ਹੀ ਪੈਲੀ ਖਣੋ ਲੜਾਈ ਹੁੰਦੀ ਆ ਕਹਿੰਦਾ ਮੈਂ ਇੱਕ ਮਲਦਾ ਨਹੀਂ ਰਹਿਣ ਦੇਣੀ ਨਾ ਰਸ ਓ ਮਾਈ ਗੋਡ ਵਨ ਕੱਤਾ ਕਰ ਰਿਹਾ ਸੀ ਮੇਰੇ ਸੁਣ ਚ ਗੱਲ ਆਈ ਆ ਮੈਨੂੰ ਵੀਰ ਸਿੰਘ ਕਹਿੰਦਾ ਮੈਂ ਇਦਾਂ ਕਿਸੇ ਨੂੰ ਪਹਿਲੀ ਦੇ ਦੇਣੀ ਆ ਨਹੀਂ ਨਹੀਂ ਭਰਾ ਭਰਾ ਹੀ ਆ ਤੁਸੀਂ ਕੋਈ ਗੱਲ ਨਹੀਂ ਆ ਹੋਰ ਵਧਾਈ ਹੈ ਲੋੜੀ ਦੀ ਲੋੜੀ ਦੀ ਵਧਾਈ ਮਗਰੋਂ ਦੇਣੀ ਆ ਅਸੀਂ ਚਲ ਗਏ ਕਹਿੰਦਾ